ਤੇ ਆਪਾਂ ਚਰੀ 19 ਕੁ ਆਪਾਂ ਛੱਡਤੀ ਇਹ ਵੱਢੀ ਨੀਗੀ ਕਿ ਵੀ ਆਪਣੇ ਖਰਾਬ ਨਾ ਹੋ ਜਾਣਾ ਵੀ ਜਾਂ ਕਰਕੇ ਇਹਨਾਂ ਦੇ ਬੱਚਿਆਂ ਨੂੰ ਕੋਈ ਜਾਨਵਰ ਨਾ ਖਾ ਜਾਏ, ਇਸੇ ਕਰਕੇ ਆਪਾਂ ਥੋੜ੍ਹੀ ਵੱਡੀ ਚਰੀ ਇੱਥੇ ਛੱਡਤੀ, ਆਪਾਂ ਇੱਥੋਂ ਵੱਢਣੀ ਨਹੀਂ ਚਰੀ ਇਹ ਵਾਲੀ। ਅਤੇ ਇੱਥੇ ਇਹ ਆਪਦੇ ਬੱਚਿਆਂ ਨੂੰ ਪ੍ਰੋਟੈਕਟ ਕਰਨ ਵਾਸਤੇ, ਆਪਦੇ ਆਂਡਿਆਂ ਨੂੰ ਬਚਾਉਣ ਵਾਸਤੇ ਇਹਨਾਂ ਨੇ ਇੱਥੇ ਜਿਹੜਾ ਸੀਗਾ ਸੱਪ ਮਾਰਤਾ ਪਰਸੋਂ, ਅਤੇ ਸੱਪ ਇੱਥੇ ਮਾਰ ਕੇ ਸਿੱਟਿਆ ਪਿਆ ਸੀਗਾ, ਜਾਣੀ ਕਿ ਸੂਟੀ ਨਾਲ ਨਹੀਂ ਮਾਰਿਆ ਹੋਇਆ ਸੀ, ਇਹਨਾਂ ਦਾ ਮਾਰਿਆ ਹੋਇਆ ਸੀ, ਕਿਉਂਕਿ ਕਈ ਪੰਛੀ ਇੰਨੇ ਦਲੇਰ ਹੁੰਦੇ ਆ ਉਹ ਸੱਪਾਂ ਦੇ ਨਾਲ ਭਿੜ ਜਾਂਦੇ, ਉਹ ਠੂੰਗੇ ਮਾਰ ਮਾਰ ਕੇ ਸੱਪ 6 ਫੁੱਟ ਦਾ ਸੱਪ ਸੀ ਜਿਹੜਾ ਉਹਨਾਂ ਨੇ ਮਾਰਤਾ, ਕਿ ਸਿਰਫ ਆਪਦੇ ਵੀ ਆਂਡੇ ਬੱਚਿਆਂ ਨੂੰ ਬਚਾਉਣ ਦੀ ਖਾਤਰ, ਅਤੇ ਤੁਹਾਨੂੰ ਉਹ ਆਲਣਾ ਦਿਖਾਉਣੇ ਆ। ਹੈਲੋ ਜੀ, ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ, ਵੈਲਕਮ ਕਰਦੇ ਹਾਂ ਜਸਤ ਰੀਣਾ ਵਲੋਗ ਚੈਨਲ 'ਤੇ, ਅੱਜ ਵਾਲਾ ਵਲੋਗ ਕਰਦੇ ਹਾਂ ਸਟਾਰਟ ਤੋਂ ਸਵੇਰੇ ਸਵੇਰੇ ਵਧੀਆ ਕੰਮ ਹੋ ਗਿਆ। ਸੋ ਕੱਲ੍ਹ ਅਸੀਂ ਕਬੂਤਰਾਂ ਦੀ ਬਾਜੀ, ਅਤੇ ਇੱਕ ਬਾਈ ਦਾ ਕਬੂਤਰ ਆਪਣੇ ਕੋਠੇ 'ਤੇ ਆ ਕੇ ਬਹਿ ਗਿਆ ਸੀਗਾ, ਵਿਚਾਰੇ ਨੂੰ ਅੱਜ ਦੁੱਸਰ ਸੀ ਕਿਉਂਕਿ ਅੱਜ ਉਹ ਕਬੂਤਰ ਫੇਰ ਡਾਉਣਾ ਸੀ, ਕੱਲ੍ਹ ਉਹਨਾਂ ਤੋਂ ਫੜਿਆ ਨਹੀਂ ਗਿਆ ਕਿਤੇ, ਅੱਜ ਸਵੇਰੇ ਸਵੇਰੇ ਪਹਿਲਾਂ ਉਹਨਾਂ ਦਾ ਕਬੂਤਰ ਫੜ ਕੇ ਦਿੱਤਾ, ਉਹਨਾਂ ਨੂੰ ਪਾਣੀ ਪੂਣੀ ਦੇ ਕੇ ਤਾਕਤ ਤੂਕਤ ਵਾਲਾ, ਮਤਲਬ ਵਧੀਆ ਤਾਕਤ ਵਾਲਾ ਪਾਣੀ ਵਗੈਰਾ ਦੇ ਕੇ ਉਹਨੂੰ ਰੈਸਟ ਰੁਸਟ ਕਰਕੇ ਉਹਨੂੰ ਠੰਡਾ ਕਰਕੇ ਅੱਜ ਦੁਬਾਰਾ ਫੇਰ ਡਾਇਆ ਜਾਊਗਾ। ਸੋ ਬਾਈ ਨੂੰ ਕਿਹਾ ਕਿ ਬਾਈ ਜੇ ਤੇਰਾ ਕਬੂਤਰ ਅੱਜ ਬਾਜੀ ਜਿੱਤ ਗਿਆ, ਵਿਚਾਰੇ ਬਹੁਤ ਧੰਨਵਾਦ ਕਰਕੇ ਗਏ ਆ, ਮੈਂ ਕਿਹਾ ਜੇ ਤੇਰਾ ਕਬੂਤਰ ਜਿੱਤ ਗਿਆ ਤਾਂ ਮੈਨੂੰ ਜ਼ਰੂਰ ਦੱਸ ਕੇ ਜਾਣਾ ਵੀ ਆਪਣੀ ਬਾਜੀ ਜਿੱਤ ਗਈ ਤਾਂ ਨਹੀਂ, ਅੱਜ ਵਿਚਾਰੀ ਦੀ ਬਾਜੀ ਛੱਡਣੀ ਜਾਣੀ ਸੀ, ਕੱਲ੍ਹ ਦੀ ਸਾਰੀ ਮਿਹਨਤ ਬੇਕਾਰ ਜਾਣੀ ਸੀ ਉਹਦੀ, ਠੀਕ ਆ। ਅਤੇ ਸ਼ੈਂਕ ਮੇਰੇ ਨਾਲ ਆ, ਆ ਜਾ ਫਿਰ, ਆ ਜਾ ਆ ਜਾ। ਸੋ ਸ਼ੈਂਕ ਖਪਿਆ ਖੂਨ ਹੋ ਜਾਂਦਾ ਪੂਰਾ ਵੀ ਸਾਡੇ ਘਰ ਕੋਈ ਆ ਕਿਵੇਂ ਗਿਆ, ਜਿੱਦਾਂ ਇਹਨਾਂ ਦੀ ਆਦਤ ਹੁੰਦੀ ਆ ਪੂਰਾ ਕਲੇਸ਼ ਕਰਕੇ ਖੜਿਆ। ਹਾਂ, ਅਤੇ ਅੱਜ ਹੈਗਾ ਸੰਡੇ, ਸੰਡੇ ਵਾਲੇ ਦਿਨ ਐਸ਼ ਨੇ ਠਾਤਾ ਟਾਈਮ ਦੇ ਨਾਲ, ਜਿੱਦਾਂ ਛੁੱਟੀ ਹੁੰਦੀ ਤੁਹਾਨੂੰ ਕਹੇ ਬੱਚੇ ਸਾਰੇ ਟਾਈਮ ਨਾਲ ਉੱਠ ਪੈਂਦੇ ਆ, ਹੈ ਨਾ, ਕਿ ਜਿੱਦਾਂ ਸਕੂਲ ਜਾਣਾ ਹੁੰਦਾ ਉਦੋਂ ਠਾਇਆ ਤੋਂ ਨਹੀਂ ਉੱਠਦੇ, ਜਿੱਦਾਂ ਛੁੱਟੀ ਹੁੰਦੀ ਉਦੋਂ ਟਾਈਮ ਨਹੀਂ ਉੱਠ ਕੇ ਬਹਿ ਜਾਂਦੇ ਆ। ਸੋ ਮੈਂ ਕਿਹਾ ਮੈਂ ਅੱਜ ਇੰਜੋਏ ਕਰਦਾ ਸੌਂਦਾ ਸੰਡੇ ਅੱਜ, ਸੋ ਐਸ਼ ਨੇ ਠਾਤਾ ਮੈਨੂੰ ਵੀ, ਹੁਣ ਕੱਲ੍ਹ ਨੂੰ ਮੈਂ ਕਿਹਾ ਸੀ ਤੈਨੂੰ ਐਕਸਰਸਾਈਜ਼ ਕਰਾਊਂਗਾ, ਉਸੇ ਗੱਲ 'ਤੇ ਪੱਕੀ ਹੋਈ ਵੀ ਆ ਕਿ ਮੇਰੀ ਐਕਸਰਸਾਈਜ਼ ਕਰਾ ਡੈਡੀ, ਹੈ ਨਾ। ਅਤੇ ਪਹਿਲਾਂ ਹੁਣ ਆਪਾਂ ਸਵੇਸੇ ਜਿਹੜਾ ਕੰਮ ਕਰਨਾ ਹੁੰਦਾ ਪੱਠਿਆਂ ਦਾ, ਅਤੇ ਪੱਠੇ ਵਾਜਾਂ ਮਰੀ ਜਾਂਦੇ ਆ, ਅਤੇ ਪੱਠੇ ਲੈ ਕੇ ਆਉਣੇ ਗਾਵਾਂ ਵਾਸਤੇ, ਠੀਕ ਆ। ਪੱਠਿਆਂ ਤੋਂ ਬਾਅਦ ਫਿਰ ਆਪਾਂ ਐਸ਼ ਨੂੰ ਐਕਸਰਸਾਈਜ਼ ਕਰਾਉਣੀ ਆ, ਅਤੇ ਅੱਜ ਵਾਲਾ ਵਲੋਗ ਫਿਰ ਕਰਦੇ ਹਾਂ ਕੰਟੀਨਿਊ, ਅਤੇ ਪੱਠੇ ਚੱਕ ਲਈਏ, ਅਤੇ ਫਿਰ ਉਦੋਂ ਬਾਅਦ ਆਪਾਂ ਐਕਸਰਸਾਈਜ਼ ਜਸ ਨੇ ਵੀ ਕਰਨੀ ਸ਼ੁਰੂ ਕਰਨੀ ਹੈ, ਅਤੇ ਇੱਧਰ ਐਸ਼ ਨੇ, ਐਸ਼ ਨੂੰ ਬਹੁਤ ਜ਼ਿਆਦਾ ਸ਼ੌਂਕ ਆ, ਸੋ ਉਹਨੂੰ ਵੀ ਲਾਉਣੇ ਆ ਇਸ ਪਾਸੇ ਨੂੰ, ਸਿੱਧੇ ਪਾਸੇ ਨੂੰ, ਠੀਕ ਆ ਜੀ। ਅੱਜ ਸੰਡੇ ਆ ਜੀ, ਅਤੇ ਸੰਡੇ ਵਾਲੇ ਦਿਨ ਆਪਾਂ ਫਕਿਆਰਿਆਂ ਨੂੰ ਪਾਣੀ ਲਾ ਰਹੇ ਹਾਂ, ਅਤੇ ਗੇਂਦੇ ਦੇ ਬੂਟੇ ਦੇਖੋ ਕਿੰਨੇ ਵਧੀਆ ਉੱਗੇ ਹੋਏ ਆ, ਦੇਖ ਕਿੰਨੇ ਵਧੀਆ। ਸੋ ਆਹ ਟਾਈਮ ਆ ਕਿ ਐਡੇ ਐਡੇ ਬੂਟੇ ਹੋਏ ਗੇਂਦੇ ਦੇ, ਕਿਉਂਕਿ ਆਪਾਂ ਜਦੋਂ ਜ਼ਿਆਦਾ ਗਰਮੀ 'ਚ ਲਾਉਣੇ ਆ ਉਹਨਾਂ ਦੇ, ਫਿਰ ਇਹ ਬੂਟੇ ਤੁਰਦੇ ਨਹੀਂ ਗੇ, ਫਿਰ ਗਰਮੀ 'ਚ ਆ ਜਾਂਦੇ, ਫਿਰ ਗਰੋਥ ਨਹੀਂ ਕਰਦੇ, ਨਿੱਕੇ ਨਿੱਕੇ ਫਲਾਵਰ ਆਉਣ ਲੱਗ ਜਾਂਦੇ ਨਿੱਕੇ ਨਿੱਕਿਆਂ ਨੂੰ ਹੀ। ਆਹ ਜੀ ਦੇਖੋ ਪਨੀਰੀ ਆਪਣੀ ਐਡੀ ਐਡੀ ਹੋਈ ਵੀ, ਛਿੱਟਾ ਹੀ ਦਿੱਤਾ ਸੀ ਬੱਚੇ ਦੇ, ਅਤੇ ਦੇਖੋ ਕਿੰਨੇ ਕਿੰਨੀ ਸੰਘਣੀ ਪਨੀਰੀ ਹੋਈ ਹੈ ਇਹਨਾਂ ਦੀ। ਪਾਣੀ ਆਪਾਂ ਹੁਣ ਛੱਡਤਾ, ਅੱਜ ਹੈਗਾ ਪਾਣੀ ਲਾਉਣ ਦੀ ਵਾਰੀ, ਮੋਟਰ ਚਲਾ ਤੀ ਆਪਾਂ, ਫਿਰ ਆਪਣਾ ਹਫ਼ਤਾ ਲੰਘ ਜੂਗਾ। ਅੱਜ ਸਾਰੇ ਬੂਟਿਆਂ ਨੂੰ ਪਾਣੀ ਪਾਉਣਾ ਆਪਾਂ, ਇਹ ਕੰਮ ਕਰਨਾ। ਹੁਣ ਬੱਚੇ ਨੂੰ ਲੱਗੇ ਆ ਖਵਾਉਣ ਜਾਮਣ ਦੇ ਪੱਤੇ, ਕਹਿੰਦੇ ਜਾਮਣ ਦੇ ਪੱਤਿਆਂ ਨਾਲ ਮੋਕ ਹਟ ਜਾਂਦੀ ਆ। ਖਾ ਲਾ, ਪਤਾ ਨਹੀਂ ਇਹਨੇ ਖਾਣੇ ਕਿ ਨਹੀਂ ਖਾਣੇ, ਖਾ ਲਾ ਖਾ ਲਾ ਖਾ ਲਾ ਖਾ ਲਾ, ਲੈ ਫੜ ਚੀਚੀ ਆ, ਖਾ ਲਾ ਚੀਚੀ, ਖਾ ਲਾ ਖਾ ਲਾ ਖਾ ਲਾ ਖਾ ਲਾ ਚੀਚੀ ਆ। ਇਹ ਕਿਹੜਾ ਖਾਂਦੀ ਆ, ਖਾ ਲਾ ਖਾ ਲਾ। ਆਹ ਮੇਰੀ ਭੁੱਖ ਜਾ ਕੇ ਖੜ ਗਿਆ। ਹਾਂ ਕੀ ਹੋ ਗਿਆ, ਤੂੰ ਵੀ ਬਹੁਤ ਤੰਗ ਕਰਦਾ ਸ਼ੈਂਕੀ। ਹਾਂ ਸ਼ੈਂਕੀ, ਸ਼ੈਂਕੀ ਹੈਲੋ ਕਰੋ, ਹੈਲੋ ਹੈਲੋ। ਇਹ ਆ ਸਾਡਾ ਸ਼ੈਂਕੀ, ਇਹਨੂੰ ਪਿਆਰ ਨਾਲ ਕੁੱਤੀ ਵੀ ਕਹਿੰਦੇ ਹਾਂ। ਬਹੁਤ ਸਿਆਣਾ ਪੁੱਤਾ ਮੇਰਾ, ਇੰਨਾ ਸਿਰ ਖਾਂਦਾ ਜਦੋਂ ਘਰ ਕੋਈ ਆ ਜਾਂਦਾ। ਠੀਕ ਆ,
ਬਸ ਨਿਬੜ ਗਿਆ। ਮੇਰੇ ਕੋਲ ਕਦੋਂ ਆਇਆ, ਮੇਰੇ ਕੋਲ ਕਦੋਂ ਆਇਆ? ਚੱਲ ਬਹਿ ਜਾ ਫਿਰ, ਆਪਣੀ ਕਿਆਰੀ ਭਰੀ ਜਾਂਦੀ ਪਿੱਛੇ ਪਾਣੀ ਦੀ, ਚੰਗਾ ਆਪਾਂ ਪਾਣੀ ਲਾਉਣਾ ਆਪਾਂ, ਠੀਕ ਆ। ਤੁਸੀਂ ਕਿਵੇਂ ਬੈਠੇ, ਫੋਟੋ ਖਿਚਾਉਣੀ ਹੁੰਦੀ ਦੋਨੇ ਜਾਣੀਆਂ? ਕਿਵੇਂ ਫੈਮਿਲੀ, ਸਾਡਾ ਪਰਿਵਾਰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਾਪੂ ਕਿਵੇਂ ਸਿੱਟਾ ਟਿੱਡ, ਬਾਪੂ ਕਿਵੇਂ ਲਾ ਟਿੱਡਾ ਕਾ ਕੇ, ਬਾਪੂ ਕਿਵੇਂ ਟਿੱਡਾ ਕਾ ਕੇ ਸਿੱਟਿਆ ਪਿਆ, ਬਾਪੂ ਟਿੱਡਾ ਹੀ ਹਿੰਦਾ। ਬਾਪੂ ਨੂੰ ਆਦਤ ਬਣੀ ਆ ਵੀ ਐਂ ਪੈਣਾ ਨਾ। ਅੱਜ ਆਉਣੇ ਆ ਰਿਸ਼ਤੇਦਾਰ ਘਰੇ ਹੈ ਫਿਰ, ਤੇ ਅੱਜ ਬਾਪੂ ਦੀ ਭੈਣ ਆ ਰਹੀ, ਹਾਂ ਅੱਜ ਫਿਰ ਰੌਣਕ ਲਾ ਗਈ, ਬਾਪੂ ਦੀ ਭੈਣ ਆ ਰਹੀ ਅੱਜ, ਹੈ ਨਾ, ਜਾਂਗੇ ਭੂਆ ਜੀ, ਇਹ ਦੋਨੇ ਜਣੇ ਕਮਰਾ ਕੱਸੀ ਬੈਠੀਆਂ ਫਿਰ ਹੁਣ ਤਾਂ, ਅੱਜ ਤਾਂ ਕਮਰਾ ਕੱਸੀ ਬੈਠੀਆਂ ਅੱਜ ਤਾਂ। ਅਤੇ ਆਹ ਦੇਖ ਇੱਧਰ, ਹਾਂ ਐਸ਼ ਕਿਵੇਂ ਆ, ਲਓ ਜੀ ਇਹਨੂੰ ਸਵੇਰ ਸਵੇਰੇ ਕਾਰਟੂਨਾਂ ਦਾ ਹੁੰਦਾ, ਅਤੇ ਹੁਣ ਆਪਾਂ ਐਕਸਰਸਾਈਜ਼ ਨਹੀਂ ਲਾਉਣੀ, ਹੈ ਐਕਸਰਸਾਈਜ਼ ਨਹੀਂ ਲਾਉਣੀ ਆਪਾਂ, ਚੱਲ ਫਿਰ ਕਰੀਏ ਸਟਾਰਟ, ਆਪਾਂ ਲੇਟ ਹਾਂ, ਫਿਰ ਭੂਆ ਨੇ ਆ ਜਾਣਾ ਉਦੋਂ ਬਾਅਦ 'ਚ। ਚਲੋ ਜੀ ਐਸ਼ ਨੇ ਕੈਮਰੇ ਚਲਾਤੇ ਆ, ਚੱਲੇ ਹੀ ਨਹੀਂ, ਚੱਲਣਗੇ, ਆਇਆ ਥੱਲੇ ਚੱਲ ਪੈਣੇ ਆ, ਚੱਕ ਬਈ ਚੱਲ ਪਏ ਕੈਮਰੇ ਸਾਰੇ ਘਰ ਦੇ, ਆ ਪਿੱਛੇ ਸਾਰੇ ਆਪਣੇ ਸਵੇਰੇ ਸਫਾਈਆਂ ਹੋ ਰਹੀਆਂ ਘਰ ਦੀਆਂ, ਹੈ ਨਾ, ਆ ਸਾਰੇ ਘਰ ਦਾ ਦ੍ਰਿਸ਼ ਆਪਣੇ ਦਾ, ਇੱਥੋਂ ਖੜਿਆ ਨੂੰ ਆਪਣਾ ਸਾਰਾ ਘਰ ਦੀ ਨਾ, ਅੰਦਰੋਂ ਬੈਕ ਸਾਈਡ ਐਨ ਆਪਣੇ ਜਿਹੜੇ ਹੈਗੇ ਆ ਕਿ ਖੇਤਾਂ ਤੱਕ ਕੈਮਰੇ ਲੱਗੇ ਹੋਏ ਨੇ। ਲਓ ਬਈ ਬੱਚਾ ਪਾਰਟੀ, ਆਹ ਸਾਡੀ ਵਧੂ ਆ, ਵਧੂ ਕਿਵੇਂ ਆ, ਵਧੂ ਮੈਂ ਵੀ ਵਧੂ ਹੀ ਕਿਹਾ ਕਰਨਾ, ਨਾਂ ਤਾਂ ਇਹਦਾ ਮਧੂ ਹੈ, ਆਹ 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 ਛੋਟਾ ਕਿਉਂਕਿ ਵਧੂ, ਓਏ ਕਿਵੇਂ ਆ, ਆ ਵਧੂ ਕੀ ਕਹਿੰਦੀ ਤੈਨੂੰ ਇਹ, ਹੈਂ ਵਧੂ ਕਹਿੰਦਾ ਹੁੰਦਾ, ਇਹ ਵਧੂ ਕਹਿੰਦਾ ਹੁੰਦਾ ਨਾ, ਆਪਾਂ ਹੀ ਵਧੂ ਹੀ ਕਿਹਾ ਕਰਨਾ, ਮਧੂ ਨਹੀਂ ਕਿਹਾ ਕਰਨਾ ਇਹਨੂੰ। ਕਬੂਤਰ ਨੂੰ ਛੱਡਿਆ ਸੀ ਬੁੱਤ, ਉਹਨਾਂ ਨੇ ਨੀ ਖਾਣੇ ਬਾਈ, ਸਰੋਂ ਪਾਈ ਗਈ ਉਹਨੂੰ, ਚੱਲ ਮੈਂ ਕਬੂਤਰ ਛੱਡ ਦੇਈ ਆਪਾਂ ਪਹਿਲਾਂ, ਫਿਰ ਐਸ਼ ਨੇ ਐਕਸਰਸਾਈਜ਼ ਲਾਉਣੀ ਹੈ ਜੀ ਮੇਰੇ ਨਾਲ। ਐਸ਼ ਐਕਸਰਸਾਈਜ਼ ਲਾਉਣੀ ਹੈ ਨਾ ਹੁਣ, ਕਬੂਤਰ ਆਪੇ ਆ ਜਾਣਗੇ, ਚੱਲ ਆ ਫਿਰ ਲਾਈ ਐਕਸਰਸਾਈਜ਼, ਇਹ ਸਵੇਰ ਦੀ ਮਗਰ ਪਈ ਡੈਡੀ ਮੈਨੂੰ ਐਕਸਰਸਾਈਜ਼ ਲਵਾ, ਅਤੇ ਹੁਣ ਇਹਦੀ ਐਕਸਰਸਾਈਜ਼ ਸ਼ੁਰੂ ਕਰਵਾਉਣੀ ਅੱਜ ਆਪਾਂ, ਨਾਲੇ ਬਹਾਨੇ ਮੈਂ ਲਾ ਲਊਂਗਾ, ਆ ਜਾ ਆਪੇ ਆ ਜਾਣਗੇ, ਆਹ ਕਬੂਤਰ ਆਪਣੇ ਰਹਿ ਕੇ ਸੱਤ, ਦੇਖੋ ਅੱਗੇ ਡਾਰ ਨਿਕਲ ਜਾਂਦੀ ਕਬੂਤਰਾਂ ਦੀ, ਲਓ ਹੁਣ ਕੁੱਡੇ ਚੋਂ ਇੰਨੇ ਕੁ ਕਬੂਤਰ ਨਿਕਲਦੇ ਆ ਆਪਣੇ, ਕੈਕਾ ਉੱਡਣ ਵਾਲਾ ਆ ਫਿਰ ਇਹਦੇ ਵਿੱਚ, ਬਸ ਇੰਨੇ ਕਬੂਤਰ ਨੇ ਸਾਰੇ ਆਪਣੇ ਕੋਲ ਹੁਣ ਇਸ ਟਾਈਮ, ਬਾਕੀ ਸਾਰਾ ਨਿਬੜ ਗਿਆ, ਲਾਈ ਐਕਸਰਸਾਈਜ਼, ਆਇਆ ਫਿਰ ਇੱਥੇ ਖੜੀ, ਮੈਨੂੰ ਫੋਲੋ ਕਰੀ, ਕਰੀ ਨਾ ਫੋਲੋ, ਐਂ ਕਰ ਲੱਤਾਂ ਨਹੀਂ ਹਿਲਾਉਣੀਆਂ ਥੱਲੋਂ, ਇੱਦਾਂ ਲੱਤਾਂ ਚੌੜੀਆਂ ਕਰ ਲਾ, ਚੌੜੀਆਂ ਕਰ ਲਾ, ਹਾਂ ਬਾਹਾਂ ਸਿੱਧੀਆਂ ਕਰ ਲਾ ਇੱਦਾਂ, ਅਤੇ ਚੱਲ ਹਾਂ ਤੇਜ਼ 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 ਤੇਜ਼, ਆਏ ਹੌਲੀ ਹੌਲੀ, ਇੰਨਾ ਤੇਜ਼ ਵੀ ਨਹੀਂ, ਇੱਦਾਂ ਬਾਹਾਂ ਬਾਹ ਥੱਲੇ ਵੀ ਆਉਣੀਆਂ ਚਾਹੀਦੀਆਂ ਖੜਾ ਕੇ, ਠੀਕ ਆ ਕਰ ਲਏਗੀ ਨਾ, ਦੌਲੇ ਬਣਾਉਣੇ ਵੱਡੇ ਵੱਡੇ, ਹੁਣ ਆਇਆ ਫਿਰ
ਆਇਆ ਹੀ ਦਿੰਦੇ ਮਹਿੰਦੇ ਏਦਾਂ ਤੇਰੀ ਮੈਮ ਕਰਾਉਂਦੇ ਆ ਬਾਬਾ ਤੇ ਵਾਰਮ ਅਪ ਕਰ ਲਾ ਫਿਰ ਆਪਾਂ ਐਕਸਰਸਾਈਜ਼ ਸ਼ੁਰੂ ਕਰਾਂਗੇ ਇੱਦਾਂ ਕਰ ਲਾ ਅੱਧੀ ਤਾਂ ਪਹਿਲੇ ਸਿੱਖੀ ਹੋਈ ਆ ਚੱਲ ਫਿਰ ਹੁਣ ਆ ਜਾ ਫੇਰ ਇੱਕ ਦੋ ਲੈ ਮੈਂ ਲਵਾਉਣਾ ਚੱਲ ਚਲੋ ਵੀ ਫੇਰ ਵਨ ਬਾਹਾਂ ਚੋੜੀਆਂ ਕਰ ਬਾਹਾਂ ਚੋੜੀਆਂ ਕਰ ਹਾਂ ਇੱਕੋ ਜਿਹੀਆਂ ਕਰ ਅਤੇ ਆਈ ਇੱਥੇ ਰੱਖ ਚੱਲ ਵਨ ਥੱਲੇ ਜਾਣ ਨੂੰ ਨੱਕ ਥੱਲੇ ਲਾਉਣਾ ਟੂ ਥ੍ਰੀ ਫੋਰ ਫਾਈਵ ਹੌਲੀ ਸਿਕਸ ਸੈਵਨ ਏਟ ਨਾਈਨ ਏਟ ਟੈਨ ਵਾਈ ਵਾਈ ਤਾਰੀਆਂ ਵੀ ਬਹੁਤ ਤਕੜਾ ਹੈ ਬਹੁਤ ਤਕੜਾ ਅਤੇ ਆਪਾਂ 3 ਸੈਟ ਲਾਉਣੇ ਆ ਭੱਜਣਾ ਲਾਈ ਜਾਣੇ ਫਿਰ ਡੋਲੇ ਬੰਨਗੇ ਕੀ ਦਿਖਾਉਣਾ ਹੁਣ ਲਓ ਜੀ ਭੱਜ ਗਈ ਆ ਕੀ ਲੈ ਕੇ ਆਉਣਾ ਹੁਣ ਹੈਲੋ ਅੱਛਾ ਕਿਤੇ ਜਾਣਾ ਚੜ ਜਾ ਫਿਰ ਹੱਥ ਪਾ ਤਾਂ ਹੁਣ ਸਿਰੇ ਜਾਣਾ ਹਾਂ 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 ਬਹੁਤ ਬਹੁਤ ਚੜ ਗਿਆ ਚੜ ਗਿਆ ਚੜ ਗਿਆ ਚੜ ਗਿਆ ਵਾਹ ਚੱਲ ਹੁਣ ਡਾਂਟ ਲਾ ਤਾਂ ਤਾਂ ਵੀ ਜਾਣਾ ਅਤੇ ਚੱਲ ਫੇਰ ਬਸ ਬਸ ਥੱਲੇ ਨੂੰ ਥੱਲੇ ਆ ਫਿਰ ਥੱਲੇ ਆ ਉੱਥੇ ਹੱਥ ਪਾ ਚੌੜੇ ਹੱਥ ਪਾ ਹੱਥ ਚੌੜੇ ਪਾ ਹਾਂ ਚੱਲ ਏ ਚੱਲ ਉੱਪਰ ਨੂੰ ਵਨ ਸਹੀ ਆ ਏ ਟੂ ਸਹੀ ਆ ਐਂ ਲਾਉਣੇ ਆ ਚੱਲ ਥ੍ਰੀ 10 ਲਾਉਣੇ ਆ ਵੀ ਆਪਾਂ ਫੋਰ ਏ ਫਾਈਵ ਚੱਲ ਸਿਕਸ ਚੱਲ ਸੈਵਨ ਬੋਲ ਤੂੰ ਵੀ ਉੱਤੇ ਜਾ ਤਾਂ ਜਾਣਾ ਚੱਲ ਖਿੱਚ ਦੇ ਗਿਆ ਨੀ ਬਸ ਬਾਈ ਲੈ ਬਾਈ ਐਸ ਸਾਡਾ ਬਹੁਤ ਐਕਟਿਵ ਹੋ ਜਾਣਾ ਬਾਈ ਹੈਨਾ ਹੈਨਾ ਹੁਣ ਆਪਾਂ ਖੜਾ ਹੋਣਾ ਏਦਾਂ ਹੋ ਜਾਏਗਾ ਏਦਾਂ ਤੂੰ ਕੱਲੀ ਨੀ ਹੋਈ ਮੈਂ ਤੈਨੂੰ ਸਿਖਾਉਂਗਾ ਕਿਵੇਂ ਖੜਨਾ ਸਿੰਘ ਏਦਾਂ ਜੂੜੀ ਮਾਸਟਰ ਵੀ ਹੱਸ ਪਿਆ ਹੈ ਜੂੜੀ ਮਾਸਟਰ ਵੀ ਹੱਸ ਪਿਆ ਠੀਕ ਆ ਖੜਾ ਹੋ ਜਾਏਗਾ ਨਾ ਏਦਾਂ ਫਿਰ ਮੈਂ ਤੈਨੂੰ ਸਿਖਾਉਂਗਾ ਠੀਕ ਆ ਠੀਕ ਆ ਪਹਿਲਾਂ ਤੂੰ ਕੰਧ ਨਾ ਕਰਨਾ ਸਿੱਖੀ ਹੈ ਅਜੇ ਤੂੰ ਨਿੱਕੀ ਆ ਚਾਹ ਫਿਰ ਡੰਡ ਲਾਈਏ ਆਪਾਂ ਏਦਾਂ ਕਿਤੇ ਲਾਉਂਦੇ ਸੀ ਭਾਵੇਂ ਇੱਕੋ ਜਿਹੀਆਂ ਮੂੰਹ ਤਾਂ ਉੱਪਰ ਤਾਂ ਉਹ ਦੇਖੋ ਚਲੋ ਵਨ ਨੀਚੇ ਨੂੰ ਚਲੋ ਨੀਚੇ ਜਾਓ ਬਾਹਾਂ ਮੋੜ ਕੇ ਹਾਂ ਏਦਾਂ ਚੱਲ ਵੀ ਮੂੰਹ ਉੱਪਰ ਚੱਕੋ ਮੂੰਹ ਉੱਪਰ ਚੱਕੋ ਹਾਂ ਹੁਣ ਜਾਓ ਥੱਲੇ ਨੂੰ ਏਦਾਂ ਚੱਲ ਵੀ ਸਹੀ ਆ ਟੂ ਥ੍ਰੀ ਥੱਲੇ ਜਾ ਤਾਂ ਹੀ ਹੁੰਦੀ ਜਾਂਦੀ ਚੱਲ ਨਹੀਂ ਨੀਚੇ ਜਾਣਾ ਪੁੱਤ ਐਕਸਰਸਾਈਜ਼ ਫੇਰ ਹੁੰਦੀ ਆ ਇੱਕ ਨੀਚੇ ਜਾ ਇਹ ਆ ਆ ਜਿੰਦੇ ਸੀ ਆਸ ਕਾ
ਕਿਹੜਾ ਜਦ ਨੇ ਢੂਹੀ ਤੇ ਬੈਠ ਮੈਂ ਤੈਨੂੰ ਤਾਂ ਕਰਦਾ ਕਿ ਮੈਂ ਐਕਸਰਸਾਈਜ਼ ਲਾਈ ਦੀ ਫੇਰ ਡੋਲੇ ਬਣਦੇ ਆ ਬਹਿ ਜਾ ਅੱਗੇ ਨੂੰ ਆ ਜਾ ਹੋਰ ਇੱਦਾਂ ਹਾਂ ਪਹਾਨ ਟੂ ਥ੍ਰੀ ਫੋਰ ਫਾਈਵ ਸਿਕਸ ਸੈਵਨ ਏਟ ਨਾਈਨ ਟੈਨ ਠੀਕ ਆ ਤਾਂ ਉਤਰਿਆ ਹੁਣ ਠੀਕ ਆ ਹੁਣ ਬਈ ਐਸ਼ ਬੈਠੂਗੀ ਐਸ਼ ਉੱਤੇ ਮੈਂ ਬੈਠੂਗਾ ਠੀਕ ਆ ਨਾ ਹੁਣ ਤੂੰ ਦਸ ਝੂਟੇ ਲਏ ਦਸ ਝੂਟੇ ਹੁਣ ਮੈਂ ਤੇਰੇ 'ਤੇ ਲੈਣੇ ਕੀ ਹੋਇਆ ਕਿਉਂ ਕੁਛ ਗੱਲ ਨਹੀਂ ਚੱਲ ਆ ਇੱਦਾਂ ਕਰ ਤੂੰ ਗੋਡੇ ਥੱਲੇ ਲਾ ਲਾ ਇੱਦਾਂ 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 ਲਾਇਆ ਕਰ ਨਾ ਗੋਡੇ ਲਾ ਲਾ ਗੋਡੇ 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 ਲਾ ਲਾ ਹਾਂ ਹੁਣ ਐਂ ਕਰ ਆਪਣਾ ਚਟਾਈ ਲੈ ਕੇ ਆਵਾਂਗੇ ਤੇਰੇ ਗੋਡੇ ਹੀ ਰਗੜੇ ਜਾਂਦੇ ਥੱਲੇ ਚੰਗਾ ਓਕੇ ਲਓ ਦੋਸਤੋ ਵੀ ਤੁਸੀਂ ਵੀ ਆਪਦੇ ਬੱਚਿਆਂ ਲਈ ਜ਼ਰੂਰ ਟਾਈਮ ਕੱਢਿਆ ਕਰੋ ਹਨਾ ਮੇਰੇ ਹਿਸਾਬ ਦੇ ਨਾਲ ਜਿੱਦਾਂ ਕਿ ਮੇਰਾ ਸ਼ੁਰੂ ਤੋਂ ਇਹ ਹੁੰਦਾ ਕਿ ਵੀ ਆ ਬੱਚਿਆਂ ਨੂੰ ਗੇਮਾਂ ਵਾਲੇ ਪਾਸੇ ਲਾਉਣਾ ਚਾਹੀਦਾ ਹਨਾ ਬੱਚਿਆਂ ਦੇ ਹੱਥ 'ਚ ਫੋਨ ਕਰਾਉਣ ਦੇ ਨਾਲ ਉਹਨੂੰ ਗੇਮਾਂ ਵਾਲੇ ਪਾਸੇ ਲਾਓ ਸੋ ਇਹੋ ਜਿਹੀ ਆਪਾਂ ਤਿਆਰੀ ਕਰਾਇਆ ਕਰਨਾ ਅਸੀਂ ਤੁਸੀਂ ਗੇਮ 'ਚ ਲਾਵਾਂਗੇ ਇਹਨੂੰ ਬਹੁਤ ਸ਼ੌਂਕ ਹੈ ਇਹ ਚੀਜ਼ ਦਾ ਹਨਾ ਅਤੇ ਹੁਣ ਜਿੱਦਾਂ ਮੈਂ ਪਹਿਲਾਂ ਵੇਟ ਚੱਕਦਾ ਹੁੰਦਾ ਸੀ ਅਤੇ ਐਸ਼ ਨੂੰ ਵਿੱਚ ਕਿਤੇ ਨਾ ਕਿਤੇ ਇਹਨੂੰ ਵੀ ਬਹੁਤ ਜ਼ਿਆਦਾ ਸ਼ੌਂਕ ਆ ਹੁਣ ਦਿਖਾਉਣੇ ਆ ਉਹ ਚੀਜ਼ ਇਹਦੇ ਵਾਸਤੇ ਆ ਜਾਵੇ ਆ ਜਾ ਵੀ ਹਾਂਜੀ ਦੋਸਤੋ ਆਪਣੀ ਰਾੜ ਆ 12 ਤੋਂ 15 ਕਿਲੋ ਭਾਰ ਹੋਊਗਾ ਇਹਦਾ ਜਿਹੜੀ ਕਿ ਬਹੁਤ ਟਾਈਮ ਬਾਅਦ ਕੱਢੀ ਆ ਸਾਂਭੀ ਪਈ ਸੀ ਐਸ਼ ਆ ਜਾ ਫਿਰ ਚੱਲ ਫਿਰ ਆਪਾਂ ਚੱਕ ਕੇ ਵੇਖ ਚੱਕਦੇ ਹਾਂ ਐਸ਼ ਐਸ਼ ਤਾਂ ਬੱਚਾ ਲਈ ਬੈਠੇ ਆ ਲੈ ਇਹ ਐਂ ਹੀ ਆ ਨਾਲ ਦੇ ਆਈ ਤੇ ਵੀ ਧਿਆਨ ਦੇਣਾ ਨਾ ਨੇ ਲੈ ਵੀ ਆ ਜਾ ਫਿਰ ਸ਼ਿਵੂ ਨੂੰ ਚੱਕਣ ਆ ਲੈ ਫੜ ਇਹ ਇੱਕੋ ਹੀ ਹੱਥ ਪਾਉਣੇ ਆ ਇੱਧਰ ਨੂੰ ਕਰਕੇ ਹੱਥ ਪਾਓ ਇੱਧਰ ਨੂੰ ਹੱਥ ਪਾ ਕਰਕੇ ਦੂਜੋ ਹੱਥ ਪਾ ਦੂਜੋ ਹੱਥ ਪਾ ਇੱਦਾਂ ਥੱਲੇ ਦਾ ਇਹਨੂੰ ਇੱਦਾਂ ਕਰ ਇੱਧਰ ਪਾਓ ਹੱਥ ਦੂਜੇ ਲੋਟ ਦੂਜੇ ਲੋਟ ਦੂਜਾ ਹੱਥ ਇੱਦਾਂ ਪਾਓ ਠੀਕ ਆ ਚੱਲ ਇੱਥੇ ਜਾ ਕੇ ਚੱਲ ਚੱਲ ਬਈ ਸ਼ੰਕੀ ਵੇਖੋ ਮੌਜਾਂ ਨਾਲ ਵੇਖਦੇ ਏਦਾਂ ਲਾਉਣਾ ਇਹ ਨਹੀਂ ਚੱਕਿਆ ਹੈਗਾ ਵੀ ਇਹ ਚੋਂ ਐਸ਼ ਉਧਰ ਤੂੰ ਚੱਕਦਾ ਸੀ ਰਾੜ ਇਹ ਹਲਕਾ ਨਹੀਂ ਸੀ ਇਹੀ ਸੀਗਾ ਲਓ ਜੀ ਟਰਾਲਾ ਛੇਤੀ ਵੱਢ ਲਏ ਪੱਠੇ ਅੱਜ ਤਾਂ ਪੱਠੇ ਛੇਤੀ ਨਹੀਂ ਵੱਢਦੇ ਅੱਜ ਅੱਛਾ ਅੱਜ ਥੋੜੇ ਜਾਣੇ ਹੋ ਗਏ ਨਾ ਵੱਡੇ ਗਏ ਸਾਰੇ ਰਹਿ ਗਏ ਨੇ ਉਹ ਬਈ ਸਾਰਾ ਟੱਬਰ ਹੀ ਤੇ ਲੱਗਾ ਪਿਆ ਵੀੜ ਚੱਕਣ ਇਹ ਚੁਕਾ ਦੇ ਐਸ਼ ਨਾਲ ਜ਼ੋਰ ਲਵਾ ਦੇ ਲਵਾ ਦੇ ਜ਼ੋਰ ਐਸ਼ ਲਾ ਇਹ ਤਾਂ ਨਹੀਂ ਲੱਗਦਾ
ਇਹ ਨੀਚੇ ਨੂੰ ਲਈ ਜਾਂਦੀ ਹਾਂ ਹੋਰ ਕਿਵੇਂ ਆ ਸੱਟਾਂ ਤੂੰ ਤਾਂ ਚੱਕ ਦੇਂਗੀ ਬੇਟੀ ਨਾ ਚੱਕਿਆ ਜਾਊਗਾ ਛੇਂਕੀ ਵੇਖੀ ਜਾਂਦੇ ਵੀ ਕਰੀ ਕੀ ਜਾਂਦੇ ਆ ਇਹ ਏਡੇ ਪੰਗੇ ਲੈਂਦੀ ਹੈ ਨਾ ਪਹਿਲਾਂ ਤਾਂ ਬੱਚਾ ਇੱਥੇ ਲਿਆ ਕੇ ਭਾਤਾ ਓਵੇ ਚੱਕਿਆ ਗਿਆ ਆ ਨਾ ਬੱਚਾ ਇਹਨੇ ਇੱਥੇ ਰੱਖਿਆ ਮਨਪ੍ਰੀਤ ਆ ਸਿਰ 'ਤੇ ਐਂ ਦੀ ਟੋਪੀ ਰੱਖਤੀ ਕਹਿੰਦੀ ਦੀ ਟੋਪੀ ਐਂ ਆ ਆ ਪੱਤਾ ਉੱਤੇ ਰੱਖਤਾ ਸਿਰ 'ਤੇ ਕਹਿੰਦੀ ਦੀ ਟੋਪੀ ਆ ਚੱਕੀ ਹੇ ਲਾਵੀ ਹੇ ਅੱਜ ਐਕਸਰਸਾਈਜ਼ ਲਾਉਣ 'ਤੇ ਹੀ ਆ ਆਪਾਂ ਘੰਟਾ ਅਤੇ ਮੈਂ ਵੈਸੇ ਵੀ ਦੋ ਕੁ ਦਿਨ ਹੋ ਗਏ ਮੈਨੂੰ ਸ਼ੁਰੂ ਕੀਤੀ ਇਹਨੂੰ ਐਸ਼ ਓਏ ਲਾ ਲਈ ਵੀ ਬੱਸ ਹੁਣ ਥੱਕ ਗਈ ਹੈ ਨਾ ਬਾਹਲਾ ਨਾ ਧੱਕਾ ਕਰ ਗਿਆ ਜੇ ਨਾ ਮਗਰ ਕੱਲ੍ਹ ਨੂੰ ਸਕੂਲੇ ਵੀ ਜਾਣਾ ਅਤੇ ਸਕੂਲੇ ਨਾ ਜਾਵੇ ਇਹ ਸਹੀ ਹੈ ਨਾ ਇਹ ਬਹੁਤ ਕਹਿੰਦੀ ਹਾਂ ਖਾਣੀ ਤਾਂ ਰੋਟੀ ਵੀ ਨਹੀਂ ਗਈ ਅਤੇ ਵੇਟਰ ਪਾਉਣਾ ਹੱਥ ਵੇਟਾਂ ਨੂੰ ਆ ਇੱਕ ਇਹ ਦੂਜਾ ਬਹੁਤ ਖਾਣਾ ਪੈਂਦਾ ਘਿਓ ਖਾਣਾ ਪੈਂਦਾ ਐਸ਼ ਖਾ ਲੇਂਗੀ ਘਿਓ ਇੰਨਾ ਖਾਣਾ ਕੁਛ ਵੀ ਨਹੀਂ ਬਸ ਆਹ ਚੀਜ਼ਾਂ ਦੀ ਖੁਰਾਕ ਹੈ ਇਹਦੀ ਤਾਂ ਆ ਬੱਚਾ ਚੱਕ ਲਿਓ ਰੱਖਿਆ ਵਿੱਚ ਹੁਣ ਰੱਖਿਆ ਵਿੱਚ ਸੋ ਚਰੀ ਵੱਢਣੀ ਕੋਈ ਸੌਖੀ ਗੱਲ ਨਹੀਂ ਸੋ ਬਾਈ ਨੇ ਟਰਾਲੀ ਜਿੰਨਾ ਸਮਾਨ ਰੇੜੇ ਦੀ ਲੱਦ ਲਿਆ ਸਹੀ ਹੈ ਨਾ ਆ ਵੇਖੋ ਵੀ ਕਿੱਡੀ ਕਿੱਡੀ ਚਰੀ ਆ ਹਜੇ ਆਪਾਂ ਦੂਜਾ ਲੋਅ ਵੱਢਦੇ ਆਪਣੀ ਤਾਂ ਹਜੇ ਲਵੀ ਆ ਇਹ ਪਹਿਲਾਂ ਲੋਅ ਹੀ ਆ ਜਿਹੜਾ ਚੱਲੀ ਜਾਂਦਾ ਅਤੇ ਥਾਂ ਥਾਂ 'ਤੇ ਜੜ੍ਹਾਂ ਕੱਢ ਲਈਆਂ ਚਰੀ ਨੇ ਆ ਵੇਖੋ ਕਿੱਥੋਂ ਤਾਈ ਇਹਨਾਂ ਜਿਹੜੀਆਂ ਜੜ੍ਹਾਂ ਕੱਢ ਲਈਆਂ ਇੱਥੇ ਆਏਗਾ ਟਰਾਲੇ ਦਾ ਸਮਾਨ ਰੇੜੇ ਦੀ ਲੱਦ ਲੈਂਦਾ ਬਾਈ ਸੋ ਟਾਇਰਾਂ 'ਚ ਹਵਾ ਹੋਵਾ ਵੀ ਨਿਕਲੀ ਪਈ ਆ ਇਹ ਚੱਕੀ ਲੈ ਹੋਲਡ ਕਰਨਾ ਤਾਂ ਚੱਕੀ ਇਹ ਹੱਥ ਕਿੱਥੇ ਪਾਏ ਪਹਿਲਾਂ ਤਾਂ ਹੱਥ ਸਿੱਧੇ ਪਾ ਹਾਂ ਚੱਲ ਕਿਹੜੇ ਮੂੰਹ ਮਾਰ ਮੂੰਹ ਤਾਂ ਉਹ ਐਸ਼ ਨੇ ਤਾਂ ਛੇਂਕੀ ਚੱਕਤਾ ਲੈ ਛੇਂਕੀ ਚੱਕ ਲਿਆ ਨਹੀਂ ਛੇਂਕੀ ਫੋਟੋ ਕਰਾਉਣੀ ਹੋਏ ਐਸ਼ ਰੋਕੀ ਇਹਨੂੰ ਨਾ ਚੱਕਰ ਆ ਜਾਣਗੇ ਹਾਂ ਛੇਂਕੀ ਹੋਏ ਹਾਂ ਉਹ ਮੂੰਹ ਕਰ ਜਾਂਦਾ ਤੇਰੇ ਨਾਲ ਹੀ ਚੱਕ ਲਿਆ ਬਾਈ ਲੈ ਵੀ ਸ਼ਾਬਾਸ਼ ਚੱਕਤਾ ਵੀ ਕੁੜੀ ਨੇ ਸੈਂਟਰ 'ਚ ਨਾ ਐਸ਼ ਲੈ ਵੀ ਹੁਣ ਐਸ਼ ਲੱਗੀ ਚੱਕ ਕੇ ਦਿਖਾਉਣ ਐਸ਼ ਤਾਂ ਗੋਡਿਆਂ ਦੇ ਨੇੜੇ ਕਰ ਲਾ ਗੋਡੇ ਨਾਲ ਆਏ ਚੱਕਤਾ ਬਈ ਚੱਕਤਾ ਹੁਣ ਜੇ ਆਪਾਂ ਐਸ਼ ਦੇ ਭਾਰ ਦੀ ਗੱਲ ਕਰੀਏ ਐਸ਼ ਦਾ ਭਾਰ ਹੈਗਾ 18 ਕਿਲੋ ਅਤੇ ਜੇ ਆ ਵੇਟ ਦੀ ਗੱਲ ਕਰੀਏ ਤਾਂ ਇਹ ਵੇਟ ਵੀ 3-3 6 ਅਤੇ 12-13 ਆਪਦੇ ਭਾਰ ਤੋਂ 1 ਕਿਲੋ ਵੱਧ ਭਾਰ ਚੱਕਤਾ ਐਸ਼ ਨੇ ਅੱਜ ਬਈ ਓ ਐਸ਼ ਤੇਰਾ ਭਾਰ 18 ਕਿਲੋ ਵੇਟ ਤੋਂ 15-19 ਕਿਲੋ ਚੱਕਦਾ ਅੱਜ ਹੈਂ ਲੈ ਬਈ ਐਸ਼ ਤਕੜੀ ਆ ਜੀ 18 ਕਿਲੋ ਭਾਰ ਆ ਇਹਦਾ ਸੋ 2-3 ਸਾਲ ਹੋ ਗਏ ਸਾਨੂੰ ਤੋਲਦੇ ਨੂੰ 18 ਕਿਲੋ ਹੀ ਹੁੰਦਾ ਹੈ ਨਾ ਆਪਾਂ ਕਹਿੰਦੇ ਵੱਧਦੇ ਆ ਇਹਦਾ ਭਾਰ ਭੂਰ ਨਹੀਂ ਵੱਧਦਾ 18 ਕਿਲੋ ਤਾਂ ਪੱਕਾ ਹੀ ਖੜਾ ਦੂਜਾ ਸਾਲ ਹੋ ਗਿਆ ਅਤੇ ਵਰਦੀ ਨੂੰ ਵੀ 3ਜਾ ਸਾਲ ਹੋ ਗਿਆ ਵਰਦੀ ਵੀ ਦੀ ਉਹੀ ਮੇਜ ਆਈ ਜਾਂਦੀ ਹੈ ਨਾ ਐਸ਼ ਊਂ ਥੋੜ੍ਹੀ ਜਿਹੀ ਉੱਚੀ ਜ਼ਰੂਰ ਹੋ ਗਈ ਆ ਉਹ ਖੁੱਲ੍ਹੀ ਤਾਂ ਉਨੀ ਹੀ ਹਜੇ ਵੀ ਹੈ ਨਾ ਐਸ਼ ਉਨੀ ਖੁੱਲ੍ਹੀ ਹੈ ਨਾ ਐਸ਼ ਯੂਨੀਫਾਰਮ ਜਿਹੜੀ ਤੂੰ ਪਾਉਣਾ ਖੁੱਲ੍ਹੀ ਤਾਂ ਉਨੀ ਜਿੰਨੀ ਤੂੰ ਭੱਜਿਆ ਤੈਨੂੰ ਲੈ ਕੇ ਦਿੱਤੀ ਨਰਸਰੀ 'ਚ
ਹੁਣ UKG ਹੋ ਗਈ ਆ, ਐਡਰੈਸ ਤੇ ਹਜੇ ਵੀ ਉਹੀ ਆਉਂਦੀ ਆ, ਪਰ ਥੋੜੀ ਉੱਚੀ ਜ਼ਰੂਰ ਹੋ ਗਈ ਆ, ਖੁੱਲੀ ਹਜੇ ਵੀ ਉਨੀ ਗਈ ਆ। ਨਾ ਸ਼ਿਵ ਪੈਰ ਨਾਲ ਲੱਭ ਤੈਨੂੰ। ਜਿੱਦਾਂ ਦੋਸਤੋ ਤੁਹਾਡੇ ਨਾਲ ਕੱਲ੍ਹ ਗੱਲ ਕੀਤੀ ਸੀਗੀ, ਇਹ ਇੱਕ ਜਿਹੜੀ ਤੁਹਾਨੂੰ ਚੀਜ਼ ਦਿਖਾਉਣੀ ਆ, ਆਪਣਾ ਇੱਥੇ ਆਲ੍ਹਣਾ ਬਣਿਆ ਹੋਇਆ ਬੈਕ ਸਾਈਡ 'ਤੇ, ਬੱਚੇ ਵੀ ਦਿੱਤੇ ਹੋਏ, ਉਹ ਤਾਂ ਦੇਖ ਲਏ ਅਸੀਂ, ਉਹ ਤਾਂ ਰੈਸਕਿਊ ਕਰ ਲਏ ਅਸੀਂ ਸਾਰੇ। ਅਤੇ ਜਿਹੜੀ ਚੀਜ਼ ਦੇ ਉਹ ਆਲ੍ਹਣਾ ਪਾਇਆ ਹੋਇਆ ਨਾ ਚਰੀ ਦੇ ਵਿੱਚ, ਆਪਣਾ ਇੱਥੇ ਪਾਇਆ ਹੋਇਆ, ਤੁਹਾਨੂੰ ਦਿਖਾਉਂਦੇ ਹਾਂ, ਮੈਂ ਕੱਲ੍ਹ ਵਾਲੇ ਵਲੋਗ 'ਚ ਵੀ ਕਿਹਾ ਸੀ ਤੁਹਾਨੂੰ, ਕੱਲ੍ਹ ਵਾਲੇ ਵਲੋਗ 'ਚ ਤੁਹਾਨੂੰ ਦਿਖਾਵਾਂਗੇ ਬੱਚੇ 'ਤੇ ਆਲ੍ਹਣਾ। ਉਹ ਜਿਹੜੇ ਜੰਗਲੀ ਕਾਂ, ਜੰਗਲੀ ਕਾਂ ਬੋਲਦੇ ਹੁੰਦੇ ਆਪਣੇ, ਕਹਿ ਸਕਦੇ ਵੀ ਆਪਣੇ ਕਾਲੇ ਕਾਂ ਹੁੰਦੇ, ਜੰਗਲੀ ਕਾਂ ਹੁੰਦੇ ਆ ਇਹ ਜਿਹੜੇ ਕਾਂ ਹੁੰਦੇ, ਇੰਨੇ ਕੁ ਜ਼ਿਆਦਾ ਖਤਰਨਾਕ ਹੁੰਦੇ ਆ ਨਾ ਇਹ। ਅਤੇ ਇੱਥੇ ਇਹ ਆਪਦੇ ਬੱਚਿਆਂ ਨੂੰ ਪ੍ਰੋਟੈਕਟ ਕਰਨ ਵਾਸਤੇ, ਆਪਦੇ ਆਂਡਿਆਂ ਨੂੰ ਬਚਾਉਣ ਵਾਸਤੇ ਇਹਨਾਂ ਨੇ ਇੱਥੇ ਜਿਹੜਾ ਸੀਗਾ ਸੱਪ ਮਾਰਦਾ ਪਰਸੋਂ, ਅਤੇ ਸੱਪ ਇੱਥੇ ਮਾਰ ਕੇ ਸਿੱਟਿਆ ਪਿਆ ਸੀਗਾ, ਜਾਣੀ ਕਿ ਸੋਟੀ ਨਾਲ ਹੀ ਮਾਰਿਆ ਹੋਇਆ ਸੀ, ਇਹਨਾਂ ਦਾ ਮਾਰਿਆ ਹੋਇਆ ਸੀ, ਕਿਉਂਕਿ ਕਈ ਪੰਛੀ ਇੰਨੇ ਦਲੇਰ ਹੁੰਦੇ ਆ, ਉਹ ਸੱਪਾਂ ਦੇ ਨਾਲ ਭਿੜ ਜਾਂਦੇ ਆ, ਠੂੰਗੇ ਮਾਰ ਮਾਰ ਕੇ। ਸੱਪ 6 ਫੁੱਟ ਦਾ ਸੱਪ ਸੀ ਜਿਹੜਾ ਉਹਨਾਂ ਨੇ ਮਾਰਤਾ, ਕਿ ਸਿਰਫ ਆਪਦੇ ਵੀ ਆਂਡੇ ਬੱਚਿਆਂ ਨੂੰ ਬਚਾਉਣ ਦੀ ਖਾਤਰ। ਅਤੇ ਤੁਹਾਨੂੰ ਉਹ ਆਲ੍ਹਣਾ ਦਿਖਾਉਣੇ ਆ, ਅਤੇ ਉਹਦੇ ਵਿੱਚ ਦਿਖਾਉਣੇ ਆ ਵੀ ਕਿੰਨੇ ਬੱਚੇ ਆ, ਬੱਚੇ ਦੇ ਬੱਚੇ ਹੈਗੇ ਕਿ ਉਹ ਜਾਨਵਰ ਖਾ ਗਿਆ। ਅੱਜ ਤੋਂ ਮੈਂ 2-3 ਦਿਨ ਪਹਿਲਾਂ ਦੇਖੇ ਸੀ, ਉਦੋਂ ਆਂਡੇ ਦੇ ਵਿੱਚੋਂ ਇੱਕ ਬੱਚਾ ਨਿਕਲਿਆ ਹੋਇਆ ਸੀਗਾ, ਅਤੇ ਬਾਕੀ 3 ਆਂਡੇ ਪਏ ਸੀ, ਟੋਟਲ ਆਂਡੇ 4 ਸੀਗੇ। ਅਤੇ ਆਪਾਂ ਤੁਹਾਨੂੰ ਦਿਖਾਉਣੇ ਆ, ਅਤੇ ਬੱਚੇ ਵੀ ਇੱਕ ਤਰ੍ਹਾਂ ਦੇ ਵੱਖਰੇ ਵੱਖਰੇ, ਮੈਂ ਕੱਲ੍ਹ ਵੀ ਕਿਹਾ ਜੀ ਵੱਖਰੀ ਚੀਜ਼ ਸੀਗੀ ਉਹ, ਕਿ ਇਹੋ ਜਿਹਾ ਬੱਚਾ ਮੈਂ ਕਦੇ ਦੇਖਿਆ ਹੀ ਨਹੀਂ ਸੀਗਾ। ਸੋ ਐਸ਼ ਸੰਡੇ ਆ, ਅਤੇ ਐਸ਼ ਕਹਿੰਦੀ ਮੈਨੂੰ ਦਿਖਾ ਕੇ ਲੈ ਕੇ। ਐਸ਼ ਕਿੱਧਰ ਗਈ, ਬੱਚੇ ਦੇਖਣੇ ਆ? ਇਹ ਇਹ ਕੁੱਤਿਆਂ ਦੇ ਬੱਚੇ ਨੀਗੇ, ਇਹ ਬੱਚੇ ਹੋਰ ਆ, ਇਹ ਕਾਂ ਦੇ ਬੱਚੇ ਆ, ਇਹ ਕਾਂ ਦੇ ਬੱਚੇ ਆ। ਹਾਂ ਇਹ ਕਾਂ ਦੇ ਬੱਚੇ ਦਿਖਾਉਣਾ ਤੈਨੂੰ ਮੈਂ, ਖੜ ਜਾ ਤੈਨੂੰ ਆਲ੍ਹਣਾ ਦਿਖਾਵਾਂ ਪਹਿਲਾਂ ਮੈਂ। ਹਾਂ ਆਪਣੀ ਚਰੀ ਆ, ਅਤੇ ਇਹਦੇ ਵਿੱਚ ਹੈਗਾ ਵਾ ਆਲ੍ਹਣਾ ਪਾਇਆ, ਤੂੰ ਪਿੱਛੇ ਰਹਿ ਚ। ਓ ਉਹ ਨਿਕਲ ਗਿਆ ਵਿੱਚੋਂ, ਉਹ ਬੱਚੀ ਬੈਠਾ ਸੀ ਇਹਦੇ, ਖੜ ਖੜ ਮੈਂ ਕੋਲੇ ਤਾਂ ਜਾਵਣ ਦੇ। ਤੁਸੀਂ ਇਸ ਬਾਹਰ ਚਲੋ, ਮੈਂ ਬਾਹਰ ਲੈ ਆਊਂਗਾ ਨਾ। ਦੇਖਦਾ ਮੈਂ, ਖਾਲੀ ਦੇਖ ਤਾਂ ਲੈਣ ਦੇ ਕਿੱਥੇ ਆ। ਓ ਵੇ ਕਿੱਦਾਂ ਦੇ, ਹੈ ਨਾ ਦੇਖੋ, ਹੱਥ ਨਾ ਪਾਈ ਜਾ, ਮੈਂ ਬਾਹਰ ਕੱਢ ਕੇ ਦਿਖਾਊਂਗਾ ਤੈਨੂੰ। ਹੈਂ ਸ਼ੈਂਕੀ ਵਿੱਚ ਹੀ ਆ ਜਰੀ, ਬਾਲ ਬੱਚਾ ਪਾਲਟੀ ਨਾਲ ਹੀ, ਦੇਖੋ ਨਾਲ ਹੀ ਸ਼ੈਂਕੀ ਆ। ਸ਼ੈਂਕੀ ਕਹਿੰਦਾ ਮੈਂ ਰਹਿ ਗਿਆ, ਹੁਣ ਤਾਂ ਖਿੱਚ ਨਾ ਦੀ ਆਲ੍ਹਣਾ ਨਾ ਤੋੜਦੀ, ਮੈਂ ਬਾਹਰ ਕੱਢ ਕੇ ਦਿਖਾਉਣਾ ਤੈਨੂੰ। 2 ਬੱਚੇ ਨਿਕਲਿਆ ਆ ਇੱਥੇ ਰਹਿ ਲੈ ਵੀ। ਐਸ਼ ਨੇ ਹੁਣ ਅੱਜ ਤੇ ਬੱਚੇ ਵੇਖੇ ਨਹੀਂ, ਹੁਣ ਐਸ਼ ਹੱਥ ਕਰ ਦੇ, ਬੱਚੇ ਦਿਖਾਵਾਂ ਦੇ ਲੈ, ਹੁਣ ਜਮਾਂ ਦੋਨੇ ਹੱਥ ਕਰ, ਬੁੱਕ ਕਰ ਦੇ। ਵਾਓ ਦਿਖਾਈ, ਐਸ਼ ਇਹ ਤਾਂ ਵੱਖਰੀ ਜਿਹੀ ਆ, ਦੇਖੋ ਵੀ ਆਹ ਚੀਜ਼ ਕਦੇ ਦੇਖੀ ਤੁਸੀਂ, ਕਿੱਦਾਂ ਦੇ ਵਾਲ ਨੇ ਇਹਨਾਂ ਦੇ, ਕਿੱਦਾਂ ਦਾ ਮੂੰਹ ਆ, ਕਿੰਨੇ ਨਿੱਕੇ ਨਿੱਕੇ ਆ। ਸੈਟਰਾਂ ਨਹੀਂ ਦੇਖ ਕੇ ਮਰ ਜਾਣਗੇ ਬੱਚੀ ਰੱਖਣੀ ਆਪਾਂ, ਨਹੀਂ ਬਤ ਮੂੰਹ ਨਹੀਂ ਲਾਈ ਦਿੰਦਾ, ਹਰੇਕ ਨੂੰ ਮੂੰਹ ਨਾ ਕਰ ਲੱਗ ਜਾਏਗਾ ਚੀਜ਼ ਨੂੰ। ਬਾਈ ਮੈਂ ਆਂਡਾ ਵੇਖਣਾ, ਆਂਡਾ ਵੇਖਣਾ ਮੈਂ ਨਹੀਂ, ਕੋਈ ਨਹੀਂ ਹੱਥ ਲਾਉਂਦਾ ਬੱਚਾ ਡਰਦਾ, ਸਿਰਫ ਐਸ਼ ਹੀ ਆ। ਐਸ਼ ਕਿੱਦਾਂ ਦੇ ਵਾਲ ਆ, ਜਿੱਦਾਂ ਕੰਡੇ ਹੁੰਦੇ ਨੇ ਇਹਦੇ, ਹਨਾ ਤੁਸੀਂ ਇਹ ਬਲੈਕ ਆ ਕਲਰ ਦੇਖਿਓ ਇਹਨਾਂ ਦਾ। ਲਓ ਜੀ ਦੋਸਤੋ, ਬੱਚੇ ਸ਼ੈਂਕੀ ਨੂੰ ਦਿਖਾਈ ਜਾਂਦੀ, ਸ਼ੈਂਕੀ ਖਾ ਨਾ ਜਾਵੇ, ਸ਼ੈਂਕੀ ਤਾਂ ਐ ਵੀ ਇਹੋ ਜਿਹੀ ਆ। ਨਹੀਂ 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 ਨਾ ਪੁੱਤ, ਨਾ ਨਾ ਇਹ ਤੂੰ ਖਾਣੇ ਨਹੀਂ ਗੇ। ਆਹ ਦੇਖੋ ਤੁਸੀਂ ਕਿੱਦਾਂ ਦੇ ਹੈਗੇ ਆ ਇਹ, ਹਨਾ ਆਹ ਬਾਜ ਜਿੱਦਾਂ ਉੱਤੇ ਤਾਰਾਂ ਲੱਗੀਆਂ ਹੁੰਦੀਆਂ ਨੇ ਲੋਹੇ ਦੀਆਂ,
ਇਦਾਂ ਲੱਗਦੇ ਨੇ ਹਨਾ। ਰੱਖ ਦਈਏ ਹੁਣ ਪੁੱਤ? ਅੰਡੇ ਵੀ ਵੇਖਣੇ? ਹਾਂ ਭਾਈ ਅੰਡਾ ਤਾਂ ਮੈਂ ਵੀ ਵੇਖਣਾ। ਅੱਛਾ ਬਾ ਚਾਰ ਚਾਰ ਆ, ਦੋ ਅੰਡੇ ਆ, ਦੋ ਬੱਚੇ ਆ, ਤੇ ਇਹਨਾਂ ਦਾ ਮਾਂ ਪਿਓ ਇੰਨਾ ਜ਼ਿਆਦਾ ਖਤਰਨਾਕ ਆ, ਉਹਨਾਂ ਨੇ ਸੱਪ ਵੀ ਮਾਰਤਾ। ਸਹੀ ਗੱਲ ਆ, ਸੱਪ ਵੀ ਮਾਰਤਾ ਉਹਨਾਂ ਨੇ। ਚਪੇੜ ਮਾਰਦੇ ਨੀ? ਡਰਦੀ ਨੀ? ਉਹ ਆਪਦੇ ਬੱਚਿਆਂ ਨੂੰ ਪ੍ਰੋਟੈਕਟ ਕਰਨਾ, ਠੂੰਗੇ ਮਾਰਨਗੇ ਤੇਰੇ। ਰੱਖ ਲਈਏ ਆਪਾਂ ਵਿੱਚ, ਹੁਣ ਅੰਡਾ ਵੇਚਦੇ ਆ। ਚਲੋ ਚਲੋ ਆਪਾਂ, ਚੱਲ ਮੈਂ ਵਿੱਚ ਰੱਖ ਦਿਆਂ, ਤੂੰ ਇੱਥੇ ਖੜੇ, ਤੂੰ ਨੀ ਬਚਾਉਣਾ। ਮੈਂ ਵੀ ਬਚਾਉਂਗਾ। ਹਾਂ ਚੱਲ ਆ ਬਾਈ ਅੰਦਰ। ਐਸ਼ ਵੀ ਭੱਜ ਗਈ। ਜੰਗਲ ਚ ਵੜ ਗਏ ਹੁਣ, ਜਿੱਦਾਂ ਐ ਲੱਗਦਾ ਹਨਾ। ਅੰਦਰੋਂ ਤਾਂ ਐਦਾਂ ਹੀ ਹੁੰਦਾ। ਹਾਂ ਮੈਂ ਵੀ ਗਈ ਸੀ। ਆ ਇੱਕ ਗਾ ਇਹਨਾਂ ਦੇ। ਚਲੋ ਜਲਦੀ ਆ, ਬਾਹਰ ਚਲੋ, ਬਾਹਰ ਚਲੋ, ਬਾਹਰ ਹੀ ਦਿਖਾਵਾਂਗੇ ਇਹਨਾਂ ਦੇ ਐਗਸ। ਸੈਟਰਾਂ ਨਹੀਂ, ਇਹਨਾਂ ਚ ਬੱਚੇ ਨਿਕਲਣੇ ਹਲੇ। ਹੋ ਸਕਦਾ ਵੀ ਨਿਕਲਣਗੇ ਕਿ ਨਹੀਂ ਨਿਕਲਣਗੇ, ਉਹ ਬਾਅਦ ਦੀ ਗੱਲ ਆ। ਐਸ਼ ਇੱਕ ਕੋਟਣਾ ਦੀ, ਕੋਟਣਾ ਦੀ ਟੁੱਟ ਜੂ। ਓ ਦੇਖੋ ਐਸ਼ ਵੀ ਲਈ ਬੈਠੀ। ਤੂੰ ਹੀ ਟੁੱਟ ਗਿਆ ਹੁਣ ਕੀ, ਤੂੰ ਆਏ ਮਾਰਦੇ ਬੋਲਾਂਗਾ। ਲੈ ਬਸ ਰਹਿਣ ਦੇ, ਹੁਣ ਹੁਣ ਰੱਖ ਦੀ ਪੁੱਤ। ਇਹਨਾਂ ਚ ਬੱਚੇ ਆ, ਫਿਰ 4 ਬੱਚੇ ਹੋ ਜਾਣਗੇ, ਹੁਣ 2 ਆ। ਵੈਸੇ ਮੇਰੇ ਹਿਸਾਬ ਨਾਲ ਹੁਣ ਨਹੀਂ ਨਿਕਲਣੇ ਬੱਚੇ ਇਹਦੇ ਚੋਂ, ਕਿਉਂਕਿ ਕਿਉਂਕਿ ਦਿਨ ਕਾਫੀ ਹੋ ਗਏ, ਬੱਚੇ ਦੂਜੇ ਵੱਡੇ ਹੋਏ ਪਏ ਆ, ਤੇ ਇਹਦਾ ਮਤਲਬ ਕਿ ਵੈਸੇ ਆਂਡੇ ਹਾਰਡ ਆ, ਵਿੱਚ ਬੱਚੇ ਨਿਕਲ ਵੀ ਸਕਦੇ, ਆਪਾਂ ਵਿੱਚ ਹੀ ਰੱਖ ਦਿੰਦੇ ਆ। ਤੇ ਆਪਾਂ ਚਰੀ 19 ਕੁ ਆਪਾਂ ਛੱਡਤੀ ਇਹ ਵੱਡੀ ਨੀਗੀ, ਕਿ ਵੀ ਆਪਣੇ ਖਰਾਬ ਨਾ ਹੋ ਜਾਣਾ, ਵੀ ਜਾਂ ਕਰਕੇ ਇਹਨਾਂ ਦੇ ਬੱਚਿਆਂ ਨੂੰ ਕੋਈ ਜਾਨਵਰ ਨਾ ਖਾ ਜਾਵੇ, ਇਸੇ ਕਰਕੇ ਆਪਾਂ ਥੋੜ੍ਹੀ ਵੱਡੀ ਚਰੀ ਤੇ ਛੱਡਤੀ, ਆਪਾਂ ਇੱਥੋਂ ਵੱਢਣੀ ਨਹੀਂ ਚਰੀ ਇਹ ਵਾਲੀ। ਹੁਣ ਕੱਲ ਪਰਸੋਂ ਨੂੰ ਫੇਰ ਦੇਖਾਂਗੇ ਅੰਡੇ ਬੱਚੇ ਨਿਕਲਦੇ ਆ ਕਿ ਨਹੀਂ। ਲੈ ਹੁਣ ਤੂੰ ਨਾ ਹੁਣ ਅੱਜ ਭਕਾਈ ਕਰਾਈ ਚੱਲ ਨਾਲੇ, ਤੇ ਨਾਲੇ ਮੈਨੂੰ ਵੀ ਗਾਲਾਂ ਪਵਾਏਗੀ ਨਾਲ। ਹੈਂ, ਕਦੇ ਕਹਾਂ ਦੇ ਬੱਚੇ, ਕਦੇ ਕਬੂਤਰਾਂ ਦੇ ਬੱਚੇ, ਕਦੇ ਕੁੱਤਿਆਂ ਦੇ ਬੱਚੇ, ਹਨਾ।